ਸਤਿ ਸ਼੍ਰੀ ਅਕਾਲ एवरीवन ਸਟੱਡੀ ਆਈਕਿਊ ਦੇ ਲਰਨਿੰਗ ਪਲੇਟਫਾਰਮ ਤੇ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਅੱਜ ਦੇ ਲੈਕਚਰ ਵਿੱਚ ਅਸੀਂ ਪੰਜਾਬ ਦੇ ਜਨਵਰੀ 2022 ਦੇ ਕਰੰਟ ਅਫੇਅਰ ਦਾ ਫਰਸਟ ਪਾਰਟ ਕਵਰ ਕਰਾਂਗੇ ਜੋ ਕਿ ਤੁਹਾਡੇ ਪੰਜਾਬ ਦੇ ਆਉਣ ਵਾਲੇ ਡਿਫਰੈਂਟ ਗਵਰਨਮੈਂਟ ਇਗਜ਼ਾਮਸ ਵਾਸਤੇ ਯੂਸਫੁਲ ਹੋਏਗਾ ਮੇਰਾ ਨਾਮ ਰਵਨੀਤ ਕੌਰ ਹੈ ਸ਼ੁਰੂ ਕਰਦੇ ਹਾਂ ਅੱਜ ਦੇ ਲੈਕਚਰ ਨੂੰ ਸਭ ਤੋਂ ਪਹਿਲਾ ਕੁਐਸਚਨ ਹੈ ਪੰਜਾਬ ਕੈਬਨਿਟ ਦੇ ਦੁਆਰਾ ਪੰਜਾਬ ਕੋਆਪਰੇਟਿਵ ਆਡਿਟ ਗਰੁੱਪ ਬੀ ਦੇ ਸਰਵਿਸਿਜ਼ ਰੂਲ ਨੂੰ ਅਮੈਂਡਮੈਂਟ ਕੀਤੀ ਗਈ ਹੈ ਕਿਹੜੇ ਰੂਲ ਸੀਗੇ ਹੈ ਕਿਹੜੇ ਸਾਲ ਦੇ ਜਿਨ੍ਹਾਂ ਨੂੰ ਕੀ ਅਮੈਂਡ ਕੀਤਾ ਗਿਆ ਇਹ ਤੁਸੀਂ ਦੱਸਣਾ ਹੈ ਇਹਦਾ கரੈਕਟ ਆਨਸਰ ਹੈ 2016 ਦੇ ਰੂਲ ਸੀਗੇ ਜਿਨ੍ਹਾਂ ਵਿੱਚ ਕੀ ਅਮੈਂਡਮੈਂਟ ਕੀਤਾ ਗਿਆ ਤੇ ਜਿਹੜੀ ਮੀਟਿੰਗ ਹੈ ਇਹ ਚੀਫ ਮਿਨਿਸਟਰ ਦੇ ਦੁਆਰਾ ਹੈਡ ਕੀਤੀ ਗਈ ਇਹ ਅਮੈਂਡਮੈਂਟ ਇਸ ਲਈ ਕੀਤਾ ਗਿਆ ਕਿਉਂਕਿ ਡਿਫਰੈਂਟ ਡਿਪਾਰਟਮੈਂਟ ਜਿਹੜੇ ਸੀਗੇ ਉਹਨਾਂ ਦੀ ਰੀਸਟਰਕਚਰਿੰਗ ਹੋਈ ਸੀ ਤੇ ਉਸ ਰੀਸਟਰਕਚਰ ਨੂੰ ਧਿਆਨ ਵਿੱਚ ਰੱਖਤੇ ਹੋਏ ਇਸ ਡਿਪਾਰਟਮੈਂਟ ਦੇ ਰੂਲਸ ਨੇ ਉਹਨਾਂ ਨੂੰ ਵੈਰੀਫਾਈ ਕੀਤਾ ਗਿਆ ਤੇ ਉਹਨਾਂ ਨੂੰ ਅਮੈਂਡ ਕੀਤਾ ਗਿਆ ਨੈਕਸਟ ਕੁਐਸਚਨ ਵਿੱਚ ਤੁਸੀ ਦੱਸਣਾ ਹੈ ਇੰਟਰਨੈਟ ਅਲਾਇੰਸ ਦੇ ਬਾਰੇ ਇੰਪੋਰਟੈਂਟ ਕੁਐਸਚਨ ਹੈ ਪੰਜਾਬ ਗਵਰਨਮੈਂਟ ਦੇ ਦੁਆਰਾ ਪੰਜਾਬ ਦੇ ਜਿਹੜੇ ਸਟੂਡੈਂਟਸ ਨੇ ਉਹਨਾਂ ਨੂੰ ਕਿੰਨੇ ਰੁਪਏ ਇੰਟਰਨੈਟ ਅਲਾਇੰਸ ਜਿਹੜਾ ਹੈ ਉਹ ਦਿੱਤਾ ਜਾਏਗਾ ਆਨਸਰ ਹੈ 2000 ਰੁਪਏ ਇੰਟਰਨੈਟ ਅਲਾਇੰਸ ਜਿਹੜੀ ਆ ਪੰਜਾਬ ਦੇ ਸਟੂਡੈਂਟਸ ਨੂੰ ਦਿੱਤੀ ਜਾਏਗੀ ਲਗਭਗ 8.6 ਲੱਖ 67 ਲੱਖ ਜਿਹੜੇ ਸਟੂਡੈਂਟ ਨੇ ਉਹਦੇ ਨਾਲ ਬੈਨੀਫਿਟ ਪਾਣਗੇ ਜਿਹੜੇ ਸਟੂਡੈਂਟਸ ਕਾਲਜ ਦੇ ਵਿੱਚ ਹਾਇਰ ਐਜੂਕੇਸ਼ਨ ਹਾਸਿਲ ਕਰ ਰਹੇ ਨੇ ਉਹਨਾਂ ਨੂੰ ਇਹ ਇੰਟਰਨੈਟ ਅਲੋਇੰਸ ਜਿਹੜੀ ਫੈਸਿਲਿਟੀ ਆ ਉਹ ਦਿੱਤੀ ਜਾਏਗੀ ਇਸ ਤੋਂ ਇਲਾਵਾ ਕੈਬਨਿਟ ਦੇ ਦੁਆਰਾ ਇਹ ਵੀ ਡਿਸੀਜਨ ਲਿਆ ਗਿਆ ਕਿ ਜਿੰਨੇ ਵੀ ਪਾਵਰਸ ਡਿਊ ਨੇ ਗਊਸ਼ਾਲਾ ਦੇ ਵਿੱਚ ਸਟੇਟ ਦੇ ਅਕ੍ਰੋਸ ਉਹਨਾਂ ਸਾਰਿਆਂ ਨੂੰ ਮਾਫ ਕੀਤਾ ਜਾਏਗਾ ਤੇ ਗਵਰਨਮੈਂਟ ਨੇ 5 ਲੱਖ ਰੁਪਏ ਸਾਰੀਆਂ ਗਊਸ਼ਾਲਾ ਨੂੰ ਪ੍ਰੋਵਾਈਡ ਕੀਤੇ ਨੇ ਪੰਜਾਬ ਦੇ ਵਿੱਚ ਤਾਂ ਕਿ ਉਹ ਸੋਲਰ ਸਿਸਟਮ ਜਿਹੜਾ ਇਹਨੂੰ ਸੈਟ ਅਪ ਕਰ ਸਕਣ ਤੇ ਉਹਦੇ ਨਾਲ ਇਲੈਕਟ੍ਰਿਸਿਟੀ ਜਨਰੇਟ ਕਰ ਸਕਣ ਤੇ 5 ਲੱਖ ਰੁਪਏ ਦੀ ਅਮਾਉਂਟ ਜਿਹੜੀ ਹੈ ਬਹੁਤ ਇੰਪੋਰਟੈਂਟ ਹੈ ਕੁਐਸਚਨ ਆ ਸਕਦਾ ਹੈ ਨੈਕਸਟ ਕੁਐਸਚਨ ਕੁਆਲਿਟੀ ਕੰਟਰੋਲ ਮੋਨਿਟਰਿੰਗ ਐਂਡ ਈਵੈਲੂਏਸ਼ਨ ਵਿੰਗ ਦੇ ਉੱਤੇ ਹੈ ਜਿਹੜੀ ਕਿ ਪੰਜਾਬ ਦੇ ਕਿਸੇ ਡਿਪਾਰਟਮੈਂਟ ਦੇ ਵਿੱਚ ਨਵੀਂ ਸੈਟ ਅਪ ਹੋਈ ਹੈ ਕਿਹੜੇ ਡਿਪਾਰਟਮੈਂਟ ਚ ਪੰਜਾਬ ਦੇ ਵਿੰਗ ਜਿਹੜੀ ਸੈਟ ਅਪ ਕੀਤੀ ਗਈ ਹੈ ਇਹ ਤੁਸੀਂ ਦੱਸਣਾ ਹੈ ਇਹਦਾ கரੈਕਟ ਆਨਸਰ ਹੈ ਸੋਇਲ ਐਂਡ ਵਾਟਰ ਕਨਜ਼ਰਵੇਸ਼ਨ ਡਿਪਾਰਟਮੈਂਟ ਜਿਹੜਾ ਪੰਜਾਬ ਦਾ ਹੈ ਉਹਦੇ ਵਿੱਚ ਇਹ ਵਿੰਗ ਸੈਟਅਪ ਕੀਤੀ ਗਈ। ਇਹ ਵਿੰਗ ਸੈਟਅਪ ਹੋਣਾ ਨਾ ਕੇਵਲ ਤੁਹਾਨੂੰ ਫਾਇਦਾ ਹੋਏਗਾ ਕੁਆਲਿਟੀ ਵਾਈਜ਼ ਬਲਕਿ ਪ੍ਰੋਪਰ ਪਲਾਨਿੰਗ ਡਿਜ਼ਾਈਨਿੰਗ ਕਿਵੇਂ ਕੀਤੀ ਜਾਂਦੀ ਹੈ ਉਹ ਸਾਰੀ ਚੀਜ਼ਾਂ ਦਾ ਵੀ ਫਾਇਦਾ ਹੋਏਗਾ ਤੇ ਕੋਈ ਐਕਸਟਰਾ ਐਕਸਪੈਂਡੀਚਰ ਜਾਂ ਖਰਚਾ ਨਹੀਂ ਹੋਇਆ ਇਸ ਵਿੰਗ ਨੂੰ ਸੈਟਅਪ ਕਰਨ ਦਾ ਇਹ ਵੀ ਚੀਜ਼ ਧਿਆਨ ਰੱਖ ਸਕਦੇ ਹੋ। ਨੈਕਸਟ ਕੁਐਸਚਨ ਵਿੱਚ ਤੁਸੀ ਦੱਸਣਾ ਹੈ ਕਿ ਪੰਜਾਬ ਦੇ ਵਿੱਚ ਇੱਕ ਮਿਨੀਮਮ ਅਮਾਉਂਟ ਡਿਸਾਈਡ ਕੀਤਾ ਗਿਆ ਕਿ ਕਿਹੜੇ ਪ੍ਰੋਜੈਕਟ ਨੂੰ ਮੈਗਾ ਪ੍ਰੋਜੈਕਟ ਕਿਹਾ ਜਾਏਗਾ ਤੇ ਹੁਣ ਤੁਸੀਂ ਦੱਸਣਾ ਇਹ ਹੈ ਕਿ 1500 ਤੋਂ 2500 ਜਿਹੜੇ ਕਰੋੜ ਦੇ ਵਿੱਚ ਪ੍ਰੋਜੈਕਟ ਨੇ ਉਹਨਾਂ ਨੂੰ ਮੈਗਾ ਪ੍ਰੋਜੈਕਟ ਦਾ ਦਰਜਾ ਕਦੋਂ ਦਿੱਤਾ ਜਾਏਗਾ ਯਾਨੀ ਕਿ ਉਹ ਕਿੰਨੀ ਪਾਵਰ ਦੀ ਡਿਮਾਂਡ ਜਿਹੜੀ ਉਹਨੂੰ ਮੀਟ ਕਰਨਗੇ ਫੇ ਉਹਨਾਂ ਨੂੰ ਇਹ ਦਰਜਾ ਦਿੱਤਾ ਜਾਏਗਾ ਅਨਸਰ ਹੈ ਜੇ V M V A ਦੀ ਜਿਹੜੀ ਡਿਮਾਂਡ ਹੈ ਕਿਸੇ ਪਾਵਰ ਪ੍ਰੋਜੈਕਟ ਦੇ ਦੁਆਰਾ ਕੀਤੀ ਜਾਏਗੀ ਤੇ ਉਹਦੇ ਵਿੱਚ ਜਿਹੜਾ ਫਿਕਸਡ ਕੈਪੀਟਲ ਇਨਵੈਸਟਮੈਂਟ ਹੈ 1500 ਤੋਂ 2500 ਕਰੋੜ ਦੇ ਵਿੱਚ ਹੋਏਗਾ ਤਾਂ ਉਹਨੂੰ ਅਸੀਂ ਮੈਗਾ ਪ੍ਰੋਜੈਕਟ ਦੀ categories ਵਿੱਚ ਪਾਵਾਂਗੇ ਇਸ ਤੋਂ ਇਲਾਵਾ ਜੇ 2500 ਕਰੋੜ ਤੋਂ ਉੱਪਰ ਇਨਵੈਸਟਮੈਂਟ ਹੈ ਤੇ ਮਿਨੀਮਮ ਕੰਟਰੈਕਟ ਦੀ ਡਿਮਾਂਡ ਜਿਹੜੀ ਹੈ ਪਾਵਰ ਪ੍ਰੋਡਕਸ਼ਨ ਦੀ ਉਹ 30 ਮੈਗਾਵੋਲਟ ਐਂਪੀਅਰ ਹੈ ਤਾਂ ਅਸੀਂ ਉਹਨੂੰ ਅਲਟਰਾ ਮੈਗਾ ਪ੍ਰੋਜੈਕਟ ਦੀ categories ਵਿੱਚ ਪਾਵਾਂਗੇ ਇਸ ਤੋਂ ਇਲਾਵਾ ਇੱਕ ਚੀਜ਼ ਹੋਰ ਧਿਆਨ ਰੱਖਣੀ ਹੈ ਕਿ আল্ট্রਾ ਮੈਗਾ ਪ੍ਰੋਜੈਕਟ ਜਿਹੜੇ ਨੇ ਉਹ ਲਗਭਗ ਉਹ ਪ੍ਰੋਜੈਕਟ ਹੁੰਦੇ ਨੇ ਜਿਹੜੇ ਕਿ ਸੁਪਰ ਕ੍ਰਿਟੀਕਲ ਟੈਕਨੋਲੋਜੀ ਨੂੰ ਯੂਜ਼ ਕਰਦੇ ਨੇ ਤਾਂ ਕਿ ਅਸੀਂ ਫਿਊਲ ਦੀ ਐਫੀਸ਼ੀਐਂਸੀ ਜਿਹੜੀ ਨੂੰ ਵਧਾ ਸਕੀ ਤੇ ਜਿਆਦਾ ਤੋਂ ਜਿਆਦਾ ਪਾਵਰ ਜਾਂ એનર્ਜੀ ਦਾ ਪ੍ਰੋਡਕਸ਼ਨ ਕਰ ਸਕੀਏ। ਅਗਲੀ ਕੁਐਸਚਨ ਵਿੱਚ ਤੁਸੀਂ ਦੱਸਣਾ ਹੈ ਕਿ ਪੰਜਾਬ ਗਵਰਨਮੈਂਟ ਦੇ ਦੁਆਰਾ ਕਿਹੜੀ ਸਕੀਮ ਦੇ ਤਹਿਤ ਡਿਫਰੈਂਟ ਐਕਟੀਵਿਟੀਆਂ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ? ਤੇ ਵਿਲੇਜ ਵਾਟਰ ਐਂਡ ਸੈਨੀਟੇਸ਼ਨ ਕਮੇਟੀਆਂ ਸੈਟ ਅਪ ਕੀਤੀਆਂ ਜਾ ਰਹੀਆਂ ਨੇ ਵਾਟਰ ਟੈਸਟਿੰਗ ਲੈਬਾਰਟਰੀਜ਼ ਜਿਹੜੀਆਂ ਨੇ ਉਹ ਵੀ ਸੈਟ ਅਪ ਕੀਤੀਆਂ ਜਾ ਰਹੀਆਂ ਨੇ ਤਾਂ ਕਿ ਉਸ ਮਿਸ਼ਨ ਨੂੰ ਪ੍ਰੋਪਰ ਤਰੀਕੇ ਨਾਲ ਇੰਪਲੀਮੈਂਟ ਕੀਤਾ ਜਾ ਸਕੇ ਵਾਟਰ ਦੇ ਨਾਲ ਰਿਲੇਟਡ ਹੈ ਤਾਂ ਤੁਸੀਂ ਇਹਨੂੰ ਕਨੈਕਟ ਕਰ ਸਕਦੇ ਹੋ ਜਲ ਜੀਵਨ ਮਿਸ਼ਨ ਇਹਦਾ ਆਨਸਰ ਹੈ ਇਸ ਮਿਸ਼ਨ ਦੇ ਟਾਰਗੇਟ ਨੂੰ ਜਲਦੀ ਤੋਂ ਜਲਦੀ ਅਚੀਵ ਕਰਨ ਵਾਸਤੇ ਪੰਜਾਬ ਦੀ ਗਵਰਨਮੈਂਟ ਦੇ ਦੁਆਰਾ ਇਹ ਸਾਰੀਆਂ ਕਮੇਟੀਆਂ ਜਿਹੜੀਆਂ ਨੇ ਉਹਨਾਂ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ ਤੇ ਇਹ ਵੀ ਤੁਸੀਂ ਧਿਆਨ ਰੱਖਣਾ ਹੈ ਕਿ ਡਿਫਰੈਂਟ ਲੋਕਲ ਲੋਕ ਜਿਹੜੇ ਨੇ ਉਹਨਾਂ ਨੂੰ ਸਕਿੱਲਸ ਪ੍ਰੋਵਾਈਡ ਕੀਤੀਆਂ ਜਾ ਰਹੀਆਂ ਨੇ ਤਾਂ ਕਿ ਉਹ ਇਸ ਮਿਸ਼ਨ ਨੂੰ ਜਲਦੀ ਤੋਂ ਜਲਦੀ ਅਕੰਪਲਿਸ਼ ਕਰ ਸਕਣ ਜਿਵੇਂ ਕਿ ਪਲੰਬਿੰਗ ਦਾ ਕੰਮ ਸਿਖਾਇਆ ਜਾ ਰਿਹਾ ਹੈ ਪੰਪ ਆਪਰੇਟਰ ਦਾ ਕੰਮ ਸਿਖਾਇਆ ਜਾ ਰਿਹਾ ਹੈ ਜਿਨ੍ਹਾਂ ਜਲ ਜੀਵਨ ਮਿਸ਼ਨ ਦਾ ਟਾਰਗੇਟ ਜਿਹੜਾ ਉਹ ਅਚੀਵ ਹੋ ਸਕੇ ਜਲ ਜੀਵਨ ਮਿਸ਼ਨ ਦੇ ਬਾਰੇ ਅਸੀਂ ਗੱਲ ਕਰੀਏ ਤਾਂ ਇਸ ਮਿਸ਼ਨ ਦਾ ਜਿਹੜਾ ਲੋਗੋ ਹੈ ਉਹ ਹਰ ਘਰ ਜਲ ਟੈਪ ਵਾਟਰ ਸਪਲਾਈ ਅਸੀਂ ਪਿੰਡਾਂ ਦੇ ਘਰਾਂ ਤੱਕ 2024 ਤੱਕ ਪਹੁੰਚਾਣੀ ਹੈ ਇਹ ਜਲ ਜੀਵਨ ਮਿਸ਼ਨ ਦਾ ਟਾਰਗੇਟ ਹੈ ਪੰਜਾਬ ਗਵਰਨਮੈਂਟ ਨੇ ਇਸ ਦੇ ਅੰਦਰ ਡਿਫਰੈਂਟ ਐਕਟੀਵਿਟੀਆਂ ਨੂੰ ਹੁਣ ਮਜ਼ਬੂਤ ਸਟਰੈਂਥਨ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿਹੜੇ ਡਿਪਾਰਟਮੈਂਟ ਦੇ ਅੰਡਰ ਇਹ ਇੰਪਲੀਮੈਂਟ ਕੀਤਾ ਜਾ ਰਿਹਾ ਹੈ ਤਾਂ ਡਿਪਾਰਟਮੈਂਟ ਆਫ ਡਰਿੰਕਿੰਗ ਵਾਟਰ ਐਂਡ ਸੈਨੀਟੇਸ਼ਨ ਦੇ ਅੰਡਰ ਇੰਪਲੀਮੈਂਟ ਹੋ ਰਿਹਾ ਹੈ ਇਹਦੀ ਨੋਡਲ ਮਿਨਿਸਟਰੀ ਹੈ ਮਿਨਿਸਟਰੀ ਆਫ ਜਲ ਸ਼ਕਤੀ ਇਹ ਬਹੁਤ ਇੰਪੋਰਟੈਂਟ ਪੁਆਇੰਟ ਹੈ ਠੀਕ ਹੈ ਇਸ ਤੋਂ ਇਲਾਵਾ ਜਲ ਜੀਵਨ ਕੋਸ਼ ਵੀ ਹੈ ਜਿਹਦੇ ਵਿੱਚ ਤੁਸੀਂ ਫੰਡਿੰਗ ਪ੍ਰੋਵਾਈਡ ਕਰ ਸਕਦੇ ਹੋ ਵੋਲੰਟੇਰਲੀ ਇਸ ਮਿਸ਼ਨ ਚ ਕੰਟਰੀਬਿਊਸ਼ਨ ਕਰਨ ਵਾਸਤੇ ਅਗਲਾ ਕੁਐਸਚਨ ਦਿੱਲੀ ਅਮ੍ਰਿਤਸਰ ਕਟੜਾ ਐਕਸਪ੍ਰੈਸ ਵੇ ਦੇ ਉੱਤੇ ਹੈ ਇਹਨੂੰ ਡਿਵੈਲਪ ਕੀਤਾ ਜਾਏਗਾ 39500 ਕਰੋੜ ਰੁਪਏ ਦੀ ਲਾਗਤ ਦੇ ਨਾਲ ਤੁਸੀਂ ਦੱਸਣਾ ਹੈ ਕਿ ਕਿੰਨੇ ਕਿਲੋਮੀਟਰ ਲੰਬਾ ਹੋਏਗਾ ਇਹਦੀ ਲੈਂਥ ਕਿੰਨੀ ਹੋਏਗੀ ਧਿਆਨ ਰੱਖੋਗੇ 6169 ਕਿਲੋਮੀਟਰ ਲੰਬਾ ਤੁਹਾਡਾ ਇਹ ਦਿੱਲੀ ਅਮ੍ਰਿਤਸਰ ਕਟੜਾ ਐਕਸਪ੍ਰੈਸ ਵੇ ਬਣੇਗਾ ਪ੍ਰਾਈਮ ਮਿੰისტਰ ਮੋਦੀ ਜੀ ਦੇ ਦੁਆਰਾ ਪੰਜਾਬ ਦੇ ਫਿਰੋਜ਼ਪੁਰ ਵਿੱਚ ਵਿਜ਼ਿਟ ਕਰਨਾ ਤੈਅ ਹੋਇਆ ਸੀਗਾ ਜਿਹਦੇ ਵਿੱਚ ਡਿਸਾਈਡ ਕੀਤਾ ਗਿਆ ਸੀ ਕਿ ਤਿੰਨ ਟਾਊਨ ਚ ਵਿਜ਼ਿਟ ਕਰਕੇ ਮੈਡੀਕਲ ਇਨਫਰਾਸਟ੍ਰਕਚਰ ਜਿਹੜਾ ਹੈ ਉਹਨੂੰ ਮਜ਼ਬੂਤ ਕਰਨ ਦੀ ਗੱਲ ਕੀਤੀ ਜਾਏਗੀ ਪਰ ਅਨਫੋਰਚਨਟਲੀ ਇਹ ਮਿਸ਼ਨ ਜਿਹੜਾ ਸਕਸੈਸਫੁਲ ਨਹੀਂ ਹੋਇਆ ਤੇ ਸਿਕਿਉਰਿਟੀ ਬ੍ਰੀਚ ਦਾ ਜਿਹੜਾ ਈਸ਼ੂ ਹੈ ਉਹ ਦੇਖਣ ਨੂੰ ਮਿਲਿਆ ਅਗਲਾ ਕੁਐਸ਼ਨ ਇਸੇ ਚੀਜ਼ ਦੇ ਉੱਤੇ ਹੈ 6 ਜਨਵਰੀ ਨੂੰ ਜਿਹੜਾ ਕਿ ਇਹ ਵਿਜ਼ਿਟ ਹੋਣ ਵਾਲਾ ਸੀਗਾ ਇਹਦੇ ਵਿੱਚ ਕੀ ਸਿਕਿਉਰਿਟੀ ਬ੍ਰੀਚ ਦੇ ਰੀਜ਼ਨ ਰਹੇ ਉਹਨਾਂ ਨੂੰ ਦੇਖਣ ਵਾਸਤੇ ਪੰਜਾਬ ਗਵਰਨਮੈਂਟ ਦੇ ਦੁਆਰਾ ਇੱਕ ਕਮੇਟੀ ਸੈਟਅਪ ਕੀਤੀ ਗਈ। ਕਿਹਦੀ ਅਗਵਾਈ ਦੇ ਅੰਡਰ ਇਹ ਕਮੇਟੀ ਸੈਟਅਪ ਕੀਤੀ ਗਈ ਹੈ ਤਾਂ ਕਿ ਅਸੀਂ ਇਹ ਬ੍ਰੀਚ ਜਿਹੜਾ ਹੋਇਆ ਸਿਕਿਉਰਿਟੀ ਲੈਪਸ ਹੋਇਆ ਉਹਨੂੰ ਸਟੱਡੀ ਕਰ ਸਕੀਏ। ਆਨਸਰ ਹੈ ਮਹਿਤਾਬ ਸਿੰਘ ਗਿੱਲ ਦੀ ਜਿਹੜੀ ਕਮੇਟੀ ਹੈ ਉਹਨੂੰ ਸੈਟਅਪ ਕੀਤਾ ਗਿਆ ਪੰਜਾਬ ਗਵਰਨਮੈਂਟ ਦੇ ਦੁਆਰਾ। ਇਸ ਤੋਂ ਇਲਾਵਾ ਤੁਸੀਂ ਧਿਆਨ ਰੱਖਣਾ ਹੈ ਕਿ ਸਿਕਿਉਰਿਟੀ ਬ੍ਰੀਚ ਜਿਹੜਾ ਬਠਿੰਡਾ ਦੇ ਵਿੱਚ ਹੋਇਆ ਸੀਗਾ ਠੀਕ ਹੈ ਤੇ ਪ੍ਰਾਈਮ ਮਿਨਿਸਟਰ ਨੇ ਜਦੋਂ ਵਿਜ਼ਿਟ ਕਰਨਾ ਸੀਗਾ ਉਹਦੇ ਡਿਸਾਈਡ ਹੋਇਆ ਸੀਗਾ ਕਿ ਉਹ ਜਿਹੜਾ ਨੈਸ਼ਨਲ ਮਾਰਟਾਇਰ ਮੈਮੋਰੀਅਲ ਹੈ ਹੁਸੈਨੇ ਵਾਲਾ ਦੇ ਵਿੱਚ ਉਹਨੂੰ ਵੀ ਵਿਜ਼ਿਟ ਕਰਨਗੇ ਪਰ ਕਿਉਂਕਿ ਇਹ ਵਿਜ਼ਿਟ ਜਿਹੜਾ ਸੀ ਉਹ ਪੂਰੇ ਤਰੀਕੇ ਨਾਲ ਸਕਸੈਸਫੁਲ ਨਹੀਂ ਹੋ ਪਾਇਆ ਇਸ ਕਰਕੇ ਵਿਜ਼ਿਟ ਜਿਹੜਾ ਸੀ ਉਹ ਅਧੂਰਾ ਰਹਿ ਗਿਆ ਰਿਪੋਰਟ ਸਬਮਿਸ਼ਨ ਦਾ ਜਿਹੜਾ ਟਾਰਗੇਟ ਦਿੱਤਾ ਗਿਆ ਇਸ ਕਮੇਟੀ ਨੂੰ 3 ਦਿਨ ਦਾ ਦਿੱਤਾ ਗਿਆ ਜਸਟਿਸ ਮਹਿਤਾਬ ਸਿੰਘ ਗਿੱਲ ਹੈਡ ਕਰਨਗੇ ਪ੍ਰਿੰਸੀਪਲ ਸੈਕਟਰੀ ਹோம் ਅਫੇਅਰਸ ਐਂਡ ਜਸਟਿਸ ਅਨਰਾਗ ਵਰਮਾ ਵੀ ਇਹਦੇ ਵਿੱਚ ਪਾਰਟਿਸिपੈਂਟ ਹੋਣਗੇ ਠੀਕ ਹੈ ਹੁਣ ਅਸੀਂ ਨੈਸ਼ਨਲ ਮਾਰਟਾਇਰ ਮੈਮੋਰੀਅਲ ਦੀ ਗੱਲ ਕਰਾਂਗੇ ਜਿਹਦੇ ਵਿੱਚ ਪ੍ਰਾਈਮ ਮਿਨਿਸਟਰ ਦੇ ਦੁਆਰਾ ਵਿਜ਼ਿਟ ਕੀਤਾ ਜਾਣਾ ਸੀ ਇਹ ਉਹ ਸੈਨੀਵਾਲਾ ਬਾਰਡਰ ਦੇ ਉੱਤੇ ਹੈ ਇੰਪੋਰਟੈਂਟ ਹੋ ਜਾਂਦਾ ਹੈ ਸਾਡੇ ਵਾਸਤੇ ਕਿਉਂਕਿ ਕਰੰਟ ਅਫੇਅਰ ਦੇ ਵਿੱਚ ਸੀਗਾ ਇਹ ਬੇਸਿਕਲੀ ਰੈਵੋਲੂশনারੀ ਸਪਿਰਿਟ ਨੂੰ ਦਿਖਾਉਂਦਾ ਹੈ ਭਗਤ ਸਿੰਘ ਜੀ ਦੀ ਰਾਜਗੁਰੂ ਜੀ ਦੀ ਤੇ ਸੁਖਦੇਵ ਜੀ ਦੀ ਜਿਹੜਾ ਨੇ ਕਿ ਸਾਡੇ ਦੇਸ਼ ਵਾਸਤੇ ਆਜ਼ਾਦੀ ਵਾਸਤੇ ਸੈਕਰੀਫਾਈਸ ਕੀਤੇ ਸਰਦਾਰ ਭਗਤ ਸਿੰਘ ਜੀ ਦੇ ਦੁਆਰਾ ਤੇ ਬਟੁਕੇਸ਼ਵਰ ਦੱਤ ਜੀ ਦੇ ਦੁਆਰਾ ਸੈਂਟਰਲ ਅਸੈਂਬਲੀ ਹਾਲ ਨਿਊ ਦਿੱਲੀ ਦੇ ਵਿੱਚ 8 April ਨੂੰ 1929 ਵਿੱਚ ਬੰਬ ਸੁੱਟਿਆ ਗਿਆ ਸੀਗਾ ਤਾਂ ਕਿ ਅਸੀਂ ਬ੍ਰਿਟਿਸ਼ ਰੂਲ ਦੇ ਜਿਹੜੇ ਅਗੇਂਸਟ ਪ੍ਰੋਟੈਸਟ ਜਿਹੜਾ ਨੂੰ ਫਾਰਮ ਕਰ ਸਕੀਏ ਪਰ ਇਹ ਬੰਬ ਜਿਹੜਾ ਸੀ ਇਹ ਕਿਸੇ ਵੀ ਇਨਸਾਨ ਨੂੰ ਨੁਕਸਾਨ ਪਹੁੰਚਾਉਣ ਵਾਸਤੇ ਨਹੀਂ ਸੀਗਾ ਇਹਦਾ ਮੇਨ ਟਾਰਗੇਟ ਸੀਗਾ ਬ੍ਰਿਟਿਸ਼ ਗਵਰਨਮੈਂਟ ਜਿਹੜੀ ਕਿ ਬੈਰੀ ਹੋ ਚੁੱਕੀ ਸੀ ਇਹਨਾਂ ਦੇ ਹਿਸਾਬ ਨਾਲ ਉਹਨੂੰ ਆਵਾਜ਼ਾਂ ਜਿਹੜੀਆਂ ਨੇ ਨੈਸ਼ਨਲਿਜ਼ਮ ਜਿਹੜੀ ਆਵਾਜ਼ ਸੁਣਾਈ ਦੇ ਸਕੇ ਇਸ ਤੋਂ ਬਾਅਦ ਬ੍ਰਿਟਿਸ਼ ਪੁਲਿਸ ਆਫੀਸਰ ਮਿਸਟਰ ਸੌਂਡਰਸ ਨੂੰ 17 ਦਸੰਬਰ 1928 ਦੇ ਵਿੱਚ ਰਾਜਗੁਰੂ ਸੁਖਦੇਵ ਤੇ ਭਗਤ ਸਿੰਘ ਜੀ ਦੇ ਦੁਆਰਾ ਸ਼ੂਟ ਕੀਤਾ ਗਿਆ ਇਹਨਾਂ ਤਿੰਨਾਂ ਨੂੰ ਇਸ ਚੀਜ਼ ਵਾਸਤੇ ਮੌਤ ਦੀ ਸਜ਼ਾ ਸੁਣਾਈ ਗਈ ਇਹਨੂੰ ਲਾਹੌਰ ਕਾਂਸਪੀਰੇਸੀ ਕੇਸ ਕਿਹਾ ਜਾਂਦਾ ਹੈ ਸੈਂਟਰਲ ਜੇਲ੍ਹ ਲਾਹੌਰ ਦੇ ਵਿੱਚ 7:30 ਵਜੇ ਸ਼ਾਮ ਨੂੰ 23 ਮਾਰਚ 1931 ਨੂੰ ਇਹਨਾਂ ਨੂੰ ਹੈਂਗ ਕਰ ਦਿੱਤਾ ਗਿਆ ਪੂਰਾ ਲਾਹੌਰ ਲਾਹੌਰ ਜਿਹੜਾ ਸੀ ਉਸ ਟਾਈਮ ਨੈਸ਼ਨਲ ਫਰਵਰਡ ਦੇ ਵਿੱਚ ਚਲਾ ਗਿਆ ਸੀਗਾ ਤੇਰੀ ਰਿਵੋਲਟ ਬਹੁਤ ਜ਼ਿਆਦਾ ਐਮਪਰੀਹੈਂਸਿਵ ਹੋ ਗਿਆ ਜੇਲ ਅਥਾਰਟिटीज ਨੂੰ ਰਿਵੋਲਟ ਦਾ ਜਿਹੜਾ ਇੰਟੈਂਸਿਟੀ ਹੈ ਉਹਨੂੰ ਦੇਖਦੇ ਹੋਏ ਜੇਲ ਦੀ ਜਿਹੜੀ ਪਿਛਲੀ ਵਾਲ ਸੀ ਕੰਦ ਸੀ ਉਹਨੂੰ ਤੋੜ ਕੇ ਇਹਨਾਂ ਦੀ ਡੈੱਡ ਬੋਡੀਜ਼ ਨੂੰ ਕੱਢਣਾ ਪਿਆ ਬਾਹਰਲੀ ਸਾਈਡ ਨੂੰ ਤੇ ਇਹ ਜਿਹੜੀ ਜਗ੍ਹਾ ਹੈ ਉੱਥੇ ਹੀ ਹੈ ਹੁਸੈਨ ਵਾਲਾ ਬਾਰਡਰ ਤੇ ਜਿੱਥੇ ਮੈਮੋਰੀਅਲ ਬਣਿਆ ਹੈ ਓਨ ਦਾ ਬੈਂਕ ਆਫ ਰਿਵਰ ਸਤਲੁਜ ਇਹਨਾਂ ਦਾ ਅਨ ਸੈਰੇਮੋਨੀਅਲ ਕ੍ਰੀਮੇਸ਼ਨ ਕੀਤਾ ਗਿਆ ਯਾਨੀ ਕਿ ਇਹਨਾਂ ਦੀ ਡੈਡ ਬੋਡੀਜ਼ ਨੂੰ ਬਸ ਬ੍ਰਿਟਿਸ਼ਰਜ਼ ਦੇ ਦੁਆਰਾ ਉਵੇਂ ਹੀ ਜਲਾ ਦਿੱਤਾ ਗਿਆ ਬਿਨਾ ਕਿਸੇ ਸੈਰੇਮਨੀ ਦੇ ਮਿਸਟਰ ਬਟਕੇਸ਼ਵਰ ਦਾ ਜਿਹੜੇ ਸੀਗੇ ਉਹਨਾਂ ਦੀ ਡੈਥ 1965 ਦੇ ਵਿੱਚ ਹੋਈ ਇਸ ਤੇ ਕਰਕੇ ਹੁਸੈਨੇਵਾਲਾ ਬਾਰਡਰ ਇੰਪੋਰਟੈਂਟ ਹੈ ਕਿਉਂਕਿ ਡੈਡ ਬੋਡੀਜ਼ ਦਾ ਜਿਹੜਾ ਕ੍ਰੀਮੇਸ਼ਨ ਸੀਗਾ ਅਨ ਸੈਰੇਮੋਨੀਅਲ ਉਹ ਇੱਥੇ ਹੋਇਆ ਸੀਗਾ ਤੇ ਪੰਜਾਬ ਗਵਰਨਮੈਂਟ ਦੇ ਦੁਆਰਾ ਇਹ ਨੈਸ਼ਨਲ ਮਾਈਟਰ ਮੈਮੋਰੀਅਲ ਜਿਹੜਾ ਹੈ ਇਹ ਫਿਰੋਜ਼ ਫਿਰੋਜ਼ਪੁਰ ਦੇ ਵਿੱਚ ਹੁਸੈਨੇਵਾਲਾ ਬਾਰਡਰ ਚ ਬਣਾਇਆ ਗਿਆ ਹੈ ਨੈਕਸਟ ਕੁਐਸਚਨ ਹੈ ਮਿਨਿਸਟਰੀ ਆਫ ਹੋਮ ਅਫੇਅਰ ਦੇ ਦੁਆਰਾ ਕਿੰਨੇ ਮੈਂਬਰ ਕਮੇਟੀ ਕੰਡਕਟ ਕੀਤੀ ਗਈ ਹੈ ਜਿਹਦੇ ਵਿੱਚ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਜਿਹੜਾ ਪੰਜਾਬ ਫਿਰੋਜ਼ਪੁਰ ਚ ਵਿਜ਼ਿਟ ਸੀਗਾ ਉਹਦੇ ਸਿਕਿਉਰਿਟੀ ਬ੍ਰੀਚ ਨੂੰ ਸਟੱਡੀ ਕੀਤਾ ਜਾਏਗਾ ਕਿ ਜਿਹੜਾ ਸਿਕਿਉਰਿਟੀ ਲੈਪਸ ਹੋਇਆ ਉਹ ਕਿਸ ਰੀਜ਼ਨ ਕਰਕੇ ਹੋਇਆ ਹੁਣ ਦੋ ਚੀਜ਼ਾਂ ਸਮਝ ਆਈਆਂ ਕਿ ਪੰਜਾਬ ਗਵਰਨਮੈਂਟ ਦੇ ਦੁਆਰਾ ਮਹਿਤਾਬ ਸਿੰਘ ਗਿੱਲ ਕਮੇਟੀ ਅਲੱਗ ਅਪਾਇੰਟ ਹੋਈ ਹੈ ਤੇ ਸੈਂਟਰਲ ਗਵਰਨਮੈਂਟ ਵੱਲੋਂ ਮਿਨਿਸਟਰੀ ਆਫ ਹੋਮ ਅਫੇਅਰ ਦੇ ਦੁਆਰਾ ਇੱਕ ਅਲੱਗ ਕਮੇਟੀ ਬਣਾਈ ਗਈ ਹੈ ਤੇ ਕਮੇਟੀ ਜਿਹੜੀ ਹੈ ਇਹ ਤੁਹਾਡੀ 3 ਮ ਇਹ ਚੀਜ਼ ਤੁਸੀਂ ਧਿਆਨ ਰੱਖਣੀ ਹੈ। ਮਿਨਿਸਟਰੀ ਆਫ ਹੋਮ ਅਫੇਅਰ ਦੇ ਦੁਆਰਾ ਇਹ ਤਿੰਨ ਮੈਂਬਰੀ ਕਮੇਟੀ ਜਿਹੜੀ ਹੈ ਸਟੱਡੀ ਕਰੇਗੀ ਤੇ ਅਨਾਉਂਸ ਕੀਤਾ ਗਿਆ ਕਮੇਟੀ ਦੇ ਜਿਹੜੇ ਲੀਡਰ ਨੇ ਉਹ ਸੁਧੀਰ ਕੁਮਾਰ ਸ਼ਕਸੀਨਾ ਹੋਣਗੇ ਜਿਹੜੇ ਕਿ ਕੈਬਨਟ ਸੈਕਟਰੀਅਟ ਦੇ ਸੈਕਟਰੀ ਨੇ। ਨੈਕਸਟ ਕੁਐਸ਼ਨ ਹੈ ਕਿ ਅਗਲੀ ਗਵਰਨਮੈਂਟ ਜਿਹੜੀ ਪੰਜਾਬ ਚ ਬਣੇਗੀ ਆਫਟਰ ਇਲੈਕਸ਼ਨ ਇਹਨਾਂ ਨੂੰ ਪਾਵਰ ਸਬਸਿਡੀ ਦਾ ਕਿੰਨਾ ਬਰਡਨ ਬੀਅਰ ਕਰਨਾ ਪਏਗਾ? ਕਿੰਨੇ ਕਰੋੜ ਰੁਪਏ ਇਹਨਾਂ ਨੂੰ ਬਰਦਾਸ਼ਤ ਕਰਨੇ ਪੈਣਗੇ ਸਬਸਿਡੀ ਦੇ ਜਿਹੜੇ ਦਿੱਤੇ ਗਏ ਨੇ। ਅਨਸਰ ਹੈ ਲਗਭਗ 12000 ਕਰੋੜ ਤੱਕ ਦੀ ਸਬਸਿਡੀ ਜਿਹੜੀ ਆ ਹਜੇ ਤੱਕ ਪ੍ਰੋਵਾਈਡ ਕੀਤੀ ਗਈ ਹੈ ਪੰਜਾਬ ਦੇ ਵਿੱਚ ਇਸ ਕਰਕੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੂੰ ਬਹੁਤ ਜ਼ਿਆਦਾ ਘਾਟਾ ਪਿਆ ਹੈ ਹੁਣ ਜਿਹੜੀ ਵੀ ਅਗਲੀ ਗਵਰਨਮੈਂਟ ਆਏਗੀ ਉਹਨੂੰ ਇਸ ਸਬਸਿਡੀ ਦਾ ਜਿਹੜਾ ਬਰਡਨ ਹੈ ਉਹਨੂੰ ਬੀਅਰ ਕਰਨਾ ਪਏਗਾ ਨੈਕਸਟ ਕੁਐਸਚਨ ਹੈ ਕਿਹੜੀ ਐਸੀ ਸਟੇਟ ਗਵਰਨਮੈਂਟ ਇੰਡੀਆ ਦੇ ਵਿੱਚ ਜਿਹਦੇ ਦੁਆਰਾ ਇੱਕ ਨਵਾਂ ਇਨੀਸ਼ੀਏਟਿਵ ਲਿਆ ਗਿਆ ਕਿ ਆਏ ਜਿਹੜੀਆਂ ਕੋਚਿੰਗ ਨੇ ਉਹ ਹੁਣ ਗਵਰਨਮੈਂਟ ਇੰਡਸਟਰੀਅਲ ਟ੍ਰੇਨਿੰਗ ਇੰਸਟੀਚਿਊਟ ਦੇ ਥਰੂ ਦਿੱਤੀਆਂ ਜਾਣਗੀਆਂ ਤੇ ਇਹ ਟ੍ਰੇਨਿੰਗ ਇੰਸਟੀਚਿਊਟ ਜਿਹੜਾ ਹੈ ਇਹ ਕੈਂਬਰੇਜ ਯੂਨੀਵਰਸਿਟੀ ਪ੍ਰੈਸ ਇੰਡੀਆ ਦੇ ਨਾਲ ਤਾਲਮੇਲ ਕਰਕੇ ਇਹ ਕੋਚਿੰਗ ਪ੍ਰੋਵਾਈਡ ਕਰੇਗਾ ਕੈਂਬਰੇਜ ਯੂਨੀਵਰਸਿਟੀ ਪ੍ਰੈਸ ਇੰਡੀਆ ਤੁਹਾਡੀ ਜਿਹੜੀ ਹੈ ਉਹ ਯੂਕੇ ਦੇ ਵਿੱਚ ਲੋਕੇਟਿਡ ਹੈ ਤੇ ਪੰਜਾਬ ਗਵਰਨਮੈਂਟ ਦਾ ਇਹ ਮਿਸ਼ਨ ਹੈ ਪੰਜਾਬ ਨੂੰ ਮੰਨਿਆ ਜਾਂਦਾ ਹੈ ਕਿ ਲੀਡਿੰਗ ਮਾਈਗ੍ਰੇਸ਼ਨ ਸਟੇਟ ਹੈ ਇੰਡੀਆ ਦਾ ਬਹੁਤ ਹੀ ਡਾਇਸਪੋਰਾ ਇੰਡੀਅਨ ਡਾਇਸਪੋਰਾ ਮੈਕਸਿਮਮ ਪੰਜਾਬ ਨੂੰ ਦੇਖਣ ਨੂੰ ਮਿਲਦਾ ਹੈ डिफरेंट ਕੰਟਰੀਜ਼ ਦੇ ਵਿੱਚ ਹਾਰਡ ਵਰਕਿੰਗ ਤੇ ਆਪਣਾ ਆਪਣੇ ਅਸ਼ਭ ਦੇ ਕਲਚਰ ਵਾਸਤੇ ਪੰਜਾਬੀ ਫੇਮਸ ਨੇ 올 ਅਕ੍ਰੋਸ ਦਾ ਵਰਲਡ ਹਰ ਇੱਕ ਜਗ੍ਹਾ ਚ ਪਹੁੰਚੇ ਹੋਏ ਨੇ ਤੇ ਹੁਣ ਉਹਨਾਂ ਨੂੰ ਬੈਟਰ ਤਰੀਕੇ ਨਾਲ ਟ੍ਰੇਨ ਕਰਨ ਵਾਸਤੇ ਸਰਕਾਰ ਦੁਆਰਾ ਇਨੀਸ਼ੀਏਟਿਵ ਲਿਆ ਗਿਆ ਹੈ ਤਾਂ ਕਿ ਉਹ ਜਦੋਂ ਵੀ ਐਸ ਕਰਕੇ ਬਾਹਰ ਜਾਣ ਦੀ ਕੋਸ਼ਿਸ਼ ਕਰਨ ਤਾਂ ਉਹਨਾਂ ਨੂੰ ਫੋਰਨ ਲੈਂਗੁਏਜ ਚ ਇੰਨੀ ਫਲੂਐਂਸੀ ਦਿੱਤੀ ਜਾਵੇ ਕਿ ਉੱਧਰ ਜਾ ਕੇ ਸਿੱਧਾ ਹੀ ਉਹਨਾਂ ਨੂੰ ਕੰਮ ਮਿਲ ਸਕੇ ਤੇ ਉਹਨਾਂ ਦੀ ਜਿਹੜੇ ਵਰਕਿੰਗ ਓਪਰਚ्युनिटीਜ਼ ਨੇ ਉਹ ਹੋਰ ਮਜ਼ਬੂਤ ਹੋ ਸਕਣ ਅਗਲੇ ਕੁਐਸ਼ਨ ਤੁਸੀਂ ਦੱਸਣਾ ਹੈ ਕਿ ਕਿਹੜੀ ਪੰਜਾਬ ਦੀ ਕੌਨਸਟਿਟੂਐਂਸੀਜ਼ ਦੇ ਦੁਆਰਾ ਸਟੇਟ ਵਿੱਚ ਟੌਪ ਕੀਤਾ ਗਿਆ ਇਨ ਟਰਮ ਆਫ ਟੋਟਲ ਨੰਬਰ ਆਫ ਵੋਟਰਸ male voter female voter third gender voter ਇਹ ਤਿੰਨੋਂ ਹੀ ਉਸ ਕੰਸਟੀਟੂਐਂਸੀਸ ਦੇ ਵਿੱਚ ਇਨ ਨੰਬਰ ਸਭ ਤੋਂ ਜ਼ਿਆਦਾ ਨਹੀਂ ਇਹ ਕੰਸਟੀਟੂਐਂਸੀ ਹੈ ਡੇਰਾ ਬਸੀ ਡੇਰਾ ਬਸੀ ਦੇ ਵਿੱਚ ਲਗਭਗ 2.81 ਲੱਖ ਵੋਟਰ ਜਿਹੜੇ ਨੇ ਉਹ ਰਜਿਸਟਰਡ ਹੋਏ ਦੇਖੇ ਗਏ ਨੇ ਤੇ ਸਭ ਤੋਂ ਜ਼ਿਆਦਾ ਵੋਟਰ ਜਿਹੜੇ ਨੇ ਇੱਥੇ ਹੀ ਪਾਏ ਗਏ ਨੇ ਇੱਕ ਸੈਟੇਲਾਈਟ ਸਿਟੀ ਹੈ ਚੰਡੀਗੜ੍ਹ ਦਾ ਤੇ ਮਿਊਨਿਸਪਲ ਕਾਉਂਸਲ ਜਿਹੜਾ ਹੈ ਮੋਹਾਲੀ ਡਿਸਟ੍ਰਿਕਟ ਸਟੇਟ ਪੰਜਾਬ ਦਾ ਉਹ ਵੀ ਇਥੇ ਹੀ ਪਲੇਸ ਹੈ ਯਾਨੀ ਕਿ ਮਤਲਬ ਮਿਊਸਪਲ ਕਾਉਂਸਲ ਵੀ ਵਜਦਾ ਹੈ ਮੋਹਾਲੀ ਡਿਸਟ੍ਰਿਕਟ ਦਾ ਤੇ ਧਿਆਨ ਰੱਖੋਗੇ ਕਿ 8 ਕਿਲੋਮੀਟਰ ਚੰਡੀਗੜ੍ਹ ਤੋਂ ਇਹਦਾ ਡਿਸਟੈਂਸ ਹੈ ਡੇਰਾਬਸੀ ਕੌਨਸਟਿਟੂਐਂਸੀ ਦਾ ਨੈਕਸਟ ਕੁਐਸਚਨ ਹੈ ਕਨਸਟੀਟਿਊਸ਼ਨ ਆਫ ਇੰਡੀਆ ਦਾ ਕਿਹੜਾ ਆਰਟੀਕਲ ਹੈ ਜਿਹੜਾ ਕਿ ਮੈਂਸ਼ਨ ਕਰਦਾ ਹੈ ਕਿ ਇਲੈਕਸ਼ਨ ਕਮਿਸ਼ਨ ਦੇ ਦੁਆਰਾ ਇੰਡੀਪੈਂਡੈਂਟ ਤੇ ਇਮਪਾਰਸ਼ੀਅਲ ਫੰਕਸ਼ਨਿੰਗ ਕਿਵੇਂ ਕੀਤੀ ਜਾਵੇ ਕਿਵੇਂ ਅਸੀਂ ਇਲੈਕਸ਼ਨਸ ਜਿਹੜੇ ਨੇ ਉਹਨਾਂ ਨੂੰ ਫ੍ਰੀਲੀ ਕੰਡਕਟ ਕਰ ਸਕੀਏ ਵਿਦਆਊਟ ਬੀਇੰਗ ਬਾਇਸਡ ਆਨਸਰ ਹੈ ਆਰਟੀਕਲ 324 324 ਕਲੀਅਰਲੀ ਦੱਸਦਾ ਹੈ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਬਾਰੇ ਉਹਦੀ ਰੋਲਸ ਬਾਰੇ ਤੇ ਉਹਦੀਆਂ ਰਿਸਪੌਂਸਿਬਿਲਟੀਜ਼ ਦੇ ਬਾਰੇ ਜੇ ਜਸੀਂ ਇਸ ਤੋਂ ਇਲਾਵਾ ਗੱਲ ਕਰੀਏ ਤਾਂ ਚੀਫ ਇਲੈਕਸ਼ਨ ਕਮਿਸ਼ਨਰ ਜਿਹੜੇ ਨੇ ਉਹ ਹੈਡ ਕਰਦੇ ਨੇ ਇਹਨੂੰ ਉਹਨਾਂ ਨੂੰ ਸਿਕਿਉਰਿਟੀ ਆਫ ਟਨਰ ਪ੍ਰੋਵਾਈਡ ਹੁੰਦਾ ਹੈ ਇਹਨਾਂ ਨੂੰ ਪ੍ਰੈਜ਼ੀਡੈਂਟ ਦੇ ਦੁਆਰਾ ਰਿਮੂਵ ਕੀਤਾ ਜਾ ਸਕਦਾ ਹੈ ਲੇਕਿਨ ਸੇਮ ਉਸੇ ਤਰ੍ਹਾਂ ਰਿਮੂਵ ਕੀਤਾ ਜਾ ਸਕਦਾ ਹੈ ਜਿਵੇਂ ਕਿ ਅਸੀਂ ਸੁਪਰੀਮ ਕੋਰਟ ਦੇ ਜੱਜ ਨੂੰ ਰਿਮੂਵ ਕਰਦੇ ਆ ਉਹੀ ਕ੍ਰਾਈਟੇਰੀਆ ਫਾਲੋ ਹੁੰਦਾ ਹੈ ਠੀਕ ਹੈ ਪਰ ਜਿਹੜੇ ਦੂਸਰੇ ਇਲੈਕਸ਼ਨ ਕਮਿਸ਼ਨਰਸ ਹੁੰਦੇ ਨੇ ਜਿਹੜੇ ਕਿ ਦੋ ਨੇ ਤਿੰਨ ਮੈਂਬਰ ਬੋਡੀ ਹੈ ਹਜੇ ਪ੍ਰੈਜੈਂਟਲੀ ਹੈ ਜਿਹਦੇ ਵਿੱਚ ਚੀਫ ਇਲੈਕਸ਼ਨ ਕਮਿਸ਼ਨਰ ਨੇ ਪਲੱਸ ਦੋ ਇਲੈਕਸ਼ਨ ਕਮਿਸ਼ਨਰ ਇਲੈਕਸ਼ਨ ਕਮਿਸ਼ਨਰਸ ਨੂੰ ਜਿਹੜਾ ਰਿਮੂਵ ਕੀਤਾ ਜਾਂਦਾ ਉਹ ਚੀਫ ਇਲੈਕਸ਼ਨ ਕਮਿਸ਼ਨਰ ਦੀ ਰეკਮੈਂਡੇਸ਼ਨ ਦੇ ਨਾਲ ਕੀਤਾ ਜਾਂਦਾ ਹੈ ਇਹਦਾ ਮਤਲਬ ਇਹ ਹੋਇਆ ਕਿ ਇਲੈਕਸ਼ਨ ਕਮਿਸ਼ਨ ਦੇ ਕੋਲ ਸਿਕਿਉਰਿਟੀ ਆਫ ਟੈਨਰ ਹੋਣਾ ਨਹੀਂ ਹੈਗਾ ਜਿੰਨਾ ਕਿ ਚੀਫ ਇਲੈਕਸ਼ਨ ਕਮਿਸ਼ਨਰ ਦੇ ਕੋਲ ਹੈ ਕਨਸਟੀਟਿਊਸ਼ਨ ਦੇ ਵਿੱਚ ਇਲੈਕਸ਼ਨ ਕਮਿਸ਼ਨ ਦੇ ਮੈਂਬਰਸ ਦੇ ਵਾਸਤੇ ਜਿਹੜੀ ਟਰਮ ਹੈ ਉਹਨੂੰ ਸਪੈਸੀਫਾਈ ਨਹੀਂ ਕੀਤਾ ਗਿਆ ਯਾਨੀ ਕਿ ਇਹ ਸੈਂਟਰ ਗਵਰਨਮੈਂਟ ਦੇ ਕੋਲ ਪਾਵਰ ਹੈ ਕਨਸਟੀਟਿਊਸ਼ਨ ਇਸ ਤੋਂ ਇਲਾਵਾ ਕੁਆਲੀਫਿਕੇਸ਼ਨ ਵੀ ਨਹੀਂ ਦਸੀਆਂ ਕਿ ਇਲੈਕਸ਼ਨ ਕਮਿਸ਼ਨ ਦਾ ਮੈਂਬਰ ਬਣਨ ਵਾਸਤੇ ਕੀ ਕੁਆਲੀਫਾਈਡ ਕੁਆਲੀਫਿਕੇਸ਼ਨ ਹੋਣੀ ਚਾਹੀਦੀਆਂ ਨੇ ਇੱਥੇ ਤੁਸੀਂ ਦੇਖ ਸਕਦੇ ਹੋ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਚੀਫ ਇਲੈਕਸ਼ਨ ਕਮਿਸ਼ਨਰ ਨੇ ਜਿਨ੍ਹਾਂ ਦਾ ਨਾਮ ਹੈ ਸ਼੍ਰੀ ਸੁਸ਼ੀਲ ਚੰਦਰ ਜਿਹੜੇ ਕਿ ਪ੍ਰੈਜ਼ੀਡੈਂਟ ਆਫ ਇੰਡੀਆ ਦੇ ਨਾਲ ਖੜੇ ਨੇ ਨੈਕਸਟ ਕੁਐਸਚਨ ਇੰਡੀਆ ਸਟੇਟ ਆਫ ਫੋਰੈਸਟ ਰਿਪੋਰਟ ਦੇ ਬਾਰੇ ਵਿੱਚ ਹੈ ਇੰਡੀਆ ਦੇ ਫੋਰੈਸਟ ਅਤੇ ਟ੍ਰੀ ਕਵਰ ਦਾ ਅਸੈਸਮੈਂਟ ਕਰਦੀ ਹੈ ਹਰ ਸਾਲ ਅਸੀਂ ਇਸ ਰਿਪੋਰਟ ਨੂੰ ਕਿੰਨੇ ਸਾਲਾਂ ਬਾਅਦ ਪਬਲਿਸ਼ ਕਰਦੇ ਹਾਂ ਇਹ ਤੁਸੀਂ ਦੱਸਣਾ ਹੈ ਇਹ ਫੋਰੈਸਟ ਸਰਵੇ ਆਫ ਇੰਡੀਆ ਦੇ ਦੁਆਰਾ ਪਬਲਿਸ਼ ਕੀਤੀ ਜਾਂਦੀ ਹੈ ਜਿਹੜਾ ਕਿ ਮਿਨਿਸਟਰੀ ਆਫ এনਵਾਇਰਨਮੈਂਟ ਫੋਰੈਸਟ ਐਂਡ ਕਲਾਈਮੇਟ ਚੇਂਜ ਦੇ ਅੰਡਰ ਹੈ ਤੇ ਫੋਰੈਸਟ ਸਰਵੇ ਆਫ ਇੰਡੀਆ ਲੋਕੇਟਿਡ ਕਿੱਥੇ ਹੈ ਦਹਰਾਦੂਨ ਦੇ ਵਿੱਚ ਇਹਦਾ ਹੈੱਡਕੁਆਰਟਰ ਲੋਕੇਟਿਡ ਹੈ ਇਹ ਰਿਪੋਰਟ ਜਿਹੜੀ ਹੈ ਹਰ ਬਾਰ 2 ਸਾਲ ਬਾਅਦ ਪਬਲਿਸ਼ ਕੀਤੀ ਜਾਂਦੀ ਹੈ ਨੈਕਸਟ ਕੁਐਸਚਨ ਹੈ ਫੋਰੈਸਟ ਕਵਰ ਪੰਜਾਬ ਦਾ ਜਿਹੜਾ ਹੈ ਉਹ ਕਿੰਨੇ ਸਕੁਅਰ ਕਿਲੋਮੀਟਰ ਘਟ ਚੁੱਕਾ ਹੈ 2021 ਦੇ ਵਿੱਚ ਐਸ ਕੰਪੇਅਰ ਟੂ 2019 ਇੱਕ ਬਹੁਤ ਇੰਪੋਰਟੈਂਟ ਕੁਐਸਚਨ ਹੈ ਤੇ ਇਹਦਾ ਕਰੈਕਟ ਆਨਸਰ ਹੈ 2 ਸਕੁਅਰ ਕਿਲੋਮੀਟਰ ਫੋਰੈਸਟ ਕਵਰ ਪੰਜਾਬ ਦਾ ਡਿਕਰੀਜ਼ ਹੋਇਆ ਹੈ ਤੇ ਜੇ ਆਪਾਂ ਸਕੁਅਰ ਕਿਲੋਮੀਟਰ ਦੇ ਹਿਸਾਬ ਨਾਲ ਗੱਲ ਕਰੀਏ ਤਾਂ ਫੋਰੈਸਟ ਕਵਰ ਜਿਹੜਾ ਹੈ 1847 ਸਕੁਅਰ ਕਿਲੋਮੀਟਰ ਹੋ ਗਿਆ ਐਪ੍ਰੋਕਸੀਮੇਟਲੀ ਜਿਹੜਾ 1849 ਕਿਲੋਮੀਟਰ ਹੁੰਦਾ ਸੀਗਾ 2019 ਦੇ ਵਿੱਚ ਇਹਦੇ ਵਿੱਚੋਂ 50362 ਸਕੁਅਰ ਕਿਲੋਮੀਟਰ ਜੀਓਗ੍ਰਾਫੀਕਲ ਏਰੀਆ ਜਿਹੜਾ ਉਸ ਸਟੇਟ ਦੇ ਵਿੱਚ ਹੈ ਠੀਕ ਹੈ ਯਾਨੀ ਕਿ ਹੁਣ ਆਪਾਂ 2 ਸਕੁਅਰ ਕਿਲੋਮੀਟਰ ਦਾ ਡਿਕਰੀਜ਼ ਜਿਹੜਾ ਆ ਪਾਇਆ ਹੈ ਪੰਜਾਬ ਦੇ ਫੋਰੈਸਟ ਕਵਰ ਚ ਫੋਰੈਸਟ ਕਵਰ ਜਿਹੜਾ ਹੈ ਉਹ ਸਿਰਫ 3.67% ਹੈ ਪੰਜਾਬ ਦਾ ਤੇ ਨੇਸ਼ਨ ਦਾ ਕਿੰਨਾ ਹੈ ਯਾਨੀ ਕਿ ਇੰਡੀਆ ਦਾ ਕਿੰਨਾ ਹੈ 21.71% ਇੰਡੀਆ ਦੇ ਵਿੱਚ ਜਿਹੜੇ ਫੋਰੈਸਟ ਨੇ ਉਹਦਾ ਟੋਟਲ ਸਕੁਅਰ ਕਿਲੋਮੀਟਰ ਏਰੀਆ ਜਿਹੜਾ ਉਹ 7 ਲੱਖ ਤੋਂ ਉੱਪਰ ਹੈ ਵੀ ਤੁਸੀਂ ਐਪ੍ਰੋਕਸੀਮੇਟਲੀ ਧਿਆਨ ਰੱਖ ਸਕਦੇ ਹੋ ਠੀਕ ਹੈ ਜੇ ਮੈਂ ਇੰਡੀਆ ਸਟੇਟ ਆਫ ਫੋਰੈਸਟ ਰਿਪੋਰਟ ਦੀ ਹੋਰ ਗੱਲ ਕਰਾਂ ਤਬਾਈਨਿਅਲ ਪਬਲਿਕੇਸ਼ਨ ਹੈ ਯਾਨੀ ਕਿ 2 ਸਾਲ ਬਾਅਦ ਆਪਾਂ ਪਬਲਿਸ਼ ਕਰਦੇ ਆ ਪਹਿਲਾ ਸਰਵੇ ਜਿਹੜਾ ਸੀ ਉਹ 1987 ਦੇ ਵਿੱਚ ਹੋਇਆ ਸੀਗਾ 2021 ਚ ਜਿਹੜੀ ਰਿਪੋਰਟ ਆਈ ਹੈ ਇਹ 17ਵੀਂ ਰਿਪੋਰਟ ਹੈ ਇਹ ਚੀਜ਼ ਧਿਆਨ ਰੱਖਣੀ ਹੈ ਠੀਕ ਹੈ ਇਹ ਦੱਸਦੀ ਹੈ ਕਿ ਇੰਡੀਆ ਦਾ ਫੋਰੈਸਟ ਕਵਰ ਕਿੱਦਾਂ ਹੈ ਤੇ ਇਹਦੇ ਵਾਸਤੇ ਇਹ ਰਿਮੋਟ ਸੈਂਸਿੰਗ ਦੀਆਂ ਜਿਹੜੀਆਂ ਟੈਕਨੀਕਸ ਨੇ ਨਾ ਉਹ ਤੇ ਇਹਨੂੰ ਆਪਾਂ ਫਾਲੋ ਕਿਉਂ ਕਰਦੇ ਹਾਂ ਇਸ ਰਿਪੋਰਟ ਨੂੰ ਕੱਢਦੇ ਕਿਉਂ ਹੈ ਦੀ ਜ਼ਰੂਰਤ ਕਿਉਂ ਹੈ ਤਾਂ ਕਿ ਅਸੀਂ ਆਪਣੇ ਫੋਰੈਸਟ ਰਿਸੋਰਸਸ ਨੂੰ ਕਨਜ਼ਰਵ ਕਰ ਸਕੀਏ ਉਹਨਾਂ ਨੂੰ ਸਟੱਡੀ ਕਰ ਸਕੀਏ ਤੇ ਜਿਹੜੇ ਵੀ ਸਸਟੇਨੇਬਿਲਟੀ ਦੇ ਮੈਥਡਸ ਨੇ ਇਹਨਾਂ ਨੂੰ ਪ੍ਰੀਜ਼ਰਵ ਕਰਨ ਦੇ ਉਹਨਾਂ ਨੂੰ ਐਪਲਾਈ ਕਰ ਸਕੀਏ ਸਭ ਤੋਂ ਇੰਪੋਰਟੈਂਟ ਚੀਜ਼ ਹੈ 2021 ਦੀ ਇੰਡੀਆ ਸਟੇਟ ਆਫ ਫੋਰੈਸਟ ਰਿਪੋਰਟ ਦੇ ਵਿੱਚ ਇੱਕ ਨਵਾਂ ਫੀਚਰ ਪਾਇਆ ਗਿਆ ਪਹਿਲੀ ਵਾਰ ਫੋਰੈਸਟ ਕਵਰ ਦੇ ਵਿੱਚ ਟਾਈਗਰ ਰਿਜ਼ਰਵ ਟਾਈਗਰ ਕੋਰੀਡੋਰ ਤੇ ਗਿਰ ਫੋਰੈਸਟ ਜਿਹਦੇ ਵਿੱਚ ਏਸ਼ੀਆਟਿਕ ਲਾਇਨ ਪਾਏ ਜਾਂਦੇ ਨੇ ਉਹਨਾਂ ਦਾ ਵੀ ਅਸੈਸਮੈਂਟ ਕੀਤਾ ਗਿਆ ਇਹ ਬਹੁਤ ਇੰਪੋਰਟੈਂਟ ਹੈ ਨੈਕਸਟ ਕੁਐਸ਼ਨ ਹੈ ਫੋਰੈਸਟ ਸਰਵੇ ਆਫ ਇੰਡੀਆ ਦੇ ਦੁਆਰਾ ਕਿੰਨੇ ਕੈਟਾਗਰੀ ਆਫ ਫੋਰੈਸਟ ਨੂੰ ਸੂਚੀਬੱਧ ਕੀਤਾ ਗਿਆ ਲਿਸਟ ਕੀਤਾ ਗਿਆ ਆਨਸਰ ਹੈ ਚਾਰ ਕੈਟਾਗਰੀ ਦੇ ਫੋਰੈਸਟ ਨੂੰ ਲਿਸਟ ਕੀਤਾ ਗਿਆ ਹੈ ਵੈਰੀ ਡੈਂਸ ਫੋਰੈਸਟ ਮੋਡਰੇਟਲੀ ਡੈਂਸ ਫੋਰੈਸਟ ਓਪਨ ਫੋਰੈਸਟ ਸਕਰਬ ਹੁਣ ਇਹਨਾਂ ਚ ਡਿਫਰੈਂਸ ਕੀ ਹੈ ਵੈਰੀ ਡੈਂਸ ਫੋਰੈਸਟ ਦਾ ਮਤਲਬ ਹੈ ਜਿਨ੍ਹਾਂ ਦੀ ਟ੍ਰੀ ਕੈਨੋਪੀ ਯਾਨੀ ਕਿ ਟ੍ਰੀ ਦਾ ਜਿਹੜਾ ਕਰਾਉਨਜ ਆ ਹੁੰਦਾ ਹੈ ਉਹਦੀ ਡੈਂਸਿਟੀ 70% ਜਾਂ ਉਹਦੇ ਤੋਂ ਜ਼ਿਆਦਾ ਹੁੰਦੀ ਹੈ ਮੋਡਰੇਟਲੀ ਡੈਸ ਫੋਰੈਸਟ ਦੇ ਵਿੱਚ ਜਿਹੜੀ ਕੈਨੋਪੀ ਡੈਂਸਿਟੀ ਹੈ ਉਹ 40% ਜਾਂ ਉਸ ਤੋਂ ਜ਼ਿਆਦਾ ਹੁੰਦੀ ਹੈ ਪਰ 70 ਤੋਂ ਘੱਟ ਯਾਨੀ ਕਿ 40 ਤੋਂ 70 ਦੇ ਵਿੱਚ ਹੁੰਦੀ ਹੈ ਓਪਨ ਫੋਰੈਸਟ ਦੇ ਵਿੱਚ ਜਿਹੜੀ ਕੈਨੋਪੀ ਡੈਂਸਿਟੀ ਹੈ ਇਹ 10% ਜਾਂ ਉਸ ਤੋਂ ਜ਼ਿਆਦਾ ਹੁੰਦੀ ਹੈ ਪਰ 40% ਤੋਂ ਘੱਟ ਹੁੰਦੀ ਹੈ ਇਸ ਕ੍ਰੱਬ ਦੇ ਵਿੱਚ ਇਹ ਜਿਹੜੀ ਕੈਨੋਪੀ ਡੈਂਸਿਟੀ ਐ ਡੈਂਸਿਟੀ ਹੈ ਇਹ 10% ਤੋਂ ਵੀ ਘੱਟ ਹੁੰਦੀ ਹੈ ਠੀਕ ਹੈ ਇਹ ਕੈਟਾਗਰੀ ਧਿਆਨ ਰੱਖਣੀ ਹੈ ਨੈਕਸਟ ਕੁਐਸਚਨ ਹੈ ਪੰਜਾਬ ਦੇ ਵਿੱਚ ਕਿਹੜੀ ਕੈਟਾਗਰੀ ਦੇ ਫੋਰੈਸਟ ਸਭ ਤੋਂ ਜ਼ਿਆਦਾ ਪਾਏ ਜਾਂਦੇ ਨੇ ਹੁਣ ਮੈਂ ਤੁਹਾਨੂੰ ਚਾਰ ਕੈਟਾਗਰੀਜ਼ ਦਸੀਆਂ ਹੁਣ ਇਹਨਾਂ ਵਿੱਚੋਂ ਸਭ ਤੋਂ ਜ਼ਿਆਦਾ ਪੰਜਾਬ 'ਚ ਕਿਹੜੇ ਪਾਏ ਜਾਂਦੇ ਨੇ ਇਹ ਤੁਸੀਂ ਦੱਸਣਾ ਹੈ ਇਹਦਾ ਕਰੈਕਟ ਆਨਸਰ ਹੈ ਓਪਨ ਫੋਰੈਸਟ ਓਪਨ ਕੈਟਾਗਰੀ ਦੇ ਫੋਰੈਸਟ ਜਿਹੜੇ ਨੇ ਪੰਜਾਬ 'ਚ ਸਭ ਤੋਂ ਜ਼ਿਆਦਾ ਪਾਏ ਜਾਂਦੇ ਨੇ ਜਿਨ੍ਹਾਂ ਦੀ ਟ੍ਰੀ ਕੈਨੋਪੀ ਡੈਂਸਿਟੀ 10 ਤੋਂ 40% ਦੇ ਵਿੱਚ ਆਉਂਦੀ ਹੈ ISFR 2021 ਦੇ ਹਿਸਾਬ ਨਾਲ ਪੰਜਾਬ ਦੇ ਵਿੱਚ ਵੈਰੀ ਡੈਂਸ ਫੋਰੈਸਟ ਜਿਹੜੇ ਨੇ ਉਹ 11 ਸquare ਕਿਲੋਮੀਟਰ ਚ ਨੇ ਮੋਡਰੇਟਲੀ ਡੈਂਸ ਫੋਰੈਸਟ 793 ਸquare ਕਿਲੋਮੀਟਰ ਚ ਨੇ ਲੇਕਿਨ ਜਿਹੜੇ ਓਪਨ ਫੋਰੈਸਟ ਨੇ ਉਹ ਸਭ ਤੋਂ ਜ਼ਿਆਦਾ ਨੇ 1043 ਸquare ਕਿਲੋਮੀਟਰ ਦੀ ਕੈਟਾਗਰੀ ਚ ਪੰਜਾਬ ਚ ਜਿਹੜੇ ਰਿਜ਼ਰਵ ਫੋਰੈਸਟ ਨੇ ਉਹ 44 ਸquare ਕਿਲੋਮੀਟਰ ਨੇ ਪ੍ਰੋਟੈਕਟਿਡ ਫੋਰੈਸਟ 1137 ਸquare ਕਿਲੋਮੀਟਰ ਨੇ अनक्लास्ड फॉरेस्ट 1903 स्क्वायर किलोमीटर है तो टोटल रिकॉर्डेड फॉरेस्ट एरिया जेड़ा 3084 स्क्वायर किलोमीटर है जेड़ा कि ज्योग्राफिकल एरिया ਦਾ 6.12% ਹੈ ਆ ਪਰਸੈਂਟੇਜ ਧਿਆਨ ਰੱਖਣੀ ਹੈ ਠੀਕ ਹੈ ਇਹ ਵੀ ਚੀਜ਼ ਧਿਆਨ ਰੱਖਣੀ ਹੈ ਤੁਸੀਂ ਕਿ ਲਗਭਗ 95748 स्क्वायर किलोमीटर ਦਾ ਜਿਹੜਾ ਟ੍ਰੀ ਕਵਰ ਆ ਪੂਰੇ ਇੰਡੀਆ ਦੇ ਵਿੱਚ ਹੈ ਤੇ ਟੋਟਲ ਕਵਰ ਜਿਹੜਾ ਉਹ 24.62% ਹੈ ਤੇ ਜੀਓਗ੍ਰਾਫੀਕਲ ਏਰੀਆ ਕਿੰਨਾ ਕਵਰ ਕਰਦਾ 2.91% ਅਗਲਾ ਕੁਐਸਚਨ ਹੈ ਜਿਹੜੇ ਵੀ ਕੈਂਡੀਡੇਟ ਇਲੈਕਸ਼ਨ ਪੰਜਾਬ ਦੇ ਵਿੱਚ ਲੜਦੇ ਨੇ ਉਹ ਮਸਲ ਤੇ ਮਨੀ ਪਾਵਰ ਦਾ ਬਹੁਤ ਜ਼ਿਆਦਾ ਯੂਜ਼ ਕਰਦੇ ਨੇ ਠੀਕ ਹੈ ਏਡੀਆਰ ਐਸੋਸੀਏਸ਼ਨ ਫॉर ਡੈਮੋਕਰੈਟਿਕ ਰਿਫਾਰਮ ਦੀ ਇੱਕ ਰਿਪੋਰਟ ਹੈ ਇਹਦੇ ਵਿੱਚ ਇਹ ਚੀਜ਼ ਦੱਸੀ ਗਈ ਕਿ ਪੰਜਾਬ ਦੇ ਵਿੱਚ ਮਸਲ ਤੇ ਮਨੀ ਪਾਵਰ ਦਾ ਯੂਜ਼ ਜਿਹੜਾ ਉਹ ਕਾਫੀ ਟਾਈਮ ਤੋਂ ਹੁੰਦਾ ਆ ਰਿਹਾ ਹੈ ਤੁਸੀਂ ਉਹ ਸਾਲ ਦੱਸਣਾ ਹੈ ਜਿਹੜਾ ਇਸ ਰਿਪੋਰਟ ਨੇ ਮੈਂਸ਼ਨ ਕੀਤਾ ਹੈ ਕਿ ਜਿਸ ਸਾਲ ਤੋਂ ਮਸਲ ਤੇ ਮਨੀ ਪਾਵਰ ਸਭ ਤੋਂ ਜ਼ਿਆਦਾ ਪੰਜਾਬ ਦੇ ਵਿੱਚ ਯੂਜ਼ ਹੋਣੇ ਸ਼ੁਰੂ ਹੋਏ ਤੇ ਵਿਕਟੋਰੀਅਸ ਵੀ ਹੋਏ ਯਾਨੀ ਕਿ ਐਸ ਨੂੰ ਯੂਜ਼ ਕਰਕੇ ਇਲੈਕਸ਼ਨ ਜਿੱਤੇ ਵੀ ਗਏ ਪੰਜਾਬ ਦੇ ਵਿੱਚ ਆਨਸਰ ਹੈ 2004 ਤੋਂ ਮਨੀ ਤੇ ਮਸਲ ਪਾਵਰ ਜਿਹੜੇ ਨੇ ਉਹ ਪੰਜਾਬ 'ਚ ਲਗਾਤਾਰ ਯੂਜ਼ ਕੀਤੇ ਜਾ ਰਹੇ ਨੇ ਯਾਨੀ ਕਿ 2004 ਤੋਂ ਜਿਹੜੇ ਕੈਂਡੀਡੇਟਸ ਨੇ ਉਹਨਾਂ ਨੇ ਮਿਸਯੂਜ਼ ਕੀਤਾ ਪਾਵਰ ਨੂੰ ਮਿਸਯੂਜ਼ ਕੀਤਾ ਮਨੀ ਨੂੰ ਠੀਕ ਹੈ ਮਸਲ ਪਾਵਰਸ ਨੂੰ ਮਿਸਯੂਜ਼ ਕੀਤਾ ਤੇ ਐਵਰੇਜ ਐਸੈਟ ਜਿਹੜਾ ਯਾਨੀ ਕਿ ਬਹੁਤ ਜ਼ਿਆਦਾ ਪੈਸਾ ਵੀ ਇਕੱਠਾ ਕੀਤਾ ਇਹ ਐਸੋਸੀਏਸ਼ਨ ਆਫ ਡੈਮੋਕਰੈਟਿਕ ਰਿਫਾਰਮ ਬਹੁਤ ਹੀ ਵਧੀਆ ਇੱਕ ਨਾਨ ਗਵਰਨਮੈਂਟ ਆਰਗੇਨਾਈਜੇਸ਼ਨ ਹੈ ਜਿਹੜੀ ਕਿ ਕੰਟਰੀ ਦੇ ਵਿੱਚ ਪੋਲਿਟੀਕਲ ਰਿਫਾਰਮ ਤੇ ਇਲੈਕਟੋਰਲ ਰਿਫਾਰਮ ਕਰਨ ਵਾਸਤੇ ਕੰਮ ਕਰਦੀ ਹੈ ਕਿ ਕਿਸ ਕਿਦਾਂ ਅਸੀਂ ਇਲੈਕਸ਼ਨਸ ਨੂੰ ਹੋਰ ਵੀ ਜ਼ਿਆਦਾ ਫੇਅਰ ਬਣਾ ਸਕਦੇ ਹਾਂ ਤੇ ਟਰਾਂਸਪੇਰੈਂਟ ਬਣਾ ਸਕਦੇ ਹਾਂ ਨੈਕਸਟ ਕੁਐਸਚਨ ਹੈ ਖਰੀਫ ਮਾਰਕੀਟਿੰਗ ਸੀਜ਼ਨ 2021-22 ਦੇ ਵਿੱਚ ਜਿਹੜਾ ਹਾਈਐਸਟ ਪ੍ਰੋਕਿਊਰਮੈਂਟ ਹੋਇਆ ਹੈ ਪੈਡੀ ਦਾ ਉਹ ਫਾਰਮਰਸ ਵੱਲੋਂ ਕਿਹੜੇ ਸਟੇਟ ਦੇ ਵਿੱਚ ਕੀਤਾ ਗਿਆ ਆਨਸਰ ਹੈ ਪੰਜਾਬ ਦੇ ਵਿੱਚ ਸਭ ਤੋਂ ਹਾਈएस्ट ਪ੍ਰੋਕਿਊਰਮੈਂਟ ਪੈਡੀ ਦਾ ਖਰੀਫ ਮਾਰਕੀਟਿੰਗ ਸੀਜ਼ਨ ਦੇ ਵਿੱਚ ਕੀਤਾ ਗਿਆ ਤੁਸੀਂ ਜੇ ਇਹਦੀ ਮਿਲੀਅਨ ਟਨ ਚ ਕਪੈਸਿਟੀ ਧਿਆਨ ਰੱਖਣਾ ਚਾਹੋ ਤਾਂ ਰੱਖ ਸਕਦੇ ਹੋ ਵੈਸੇ ਬਹੁਤ ਜ਼ਿਆਦਾ ਵੱਡੀ ਉਹ ਹੈ ਕਾਊਂਟ ਹੈ ਤੁਸੀਂ ਧਿਆਨ ਰੱਖ ਨਹੀਂ ਪਾਓਗੇ ਪਰ ਫੇ ਵੀ ਮੈਂ ਇੱਥੇ ਲਿਖ ਦਿੰਨੀ ਆ ਤੁਸੀਂ ਇਦਾਂ ਧਿਆਨ ਰੱਖ ਸਕਦੇ ਹੋ ਕਿ 186 ਲੱਖ ਤੋਂ ਉੱਪਰ ਹੈ ਮਤਲਬ ਇਹ ਜਿਹੜਾ ਕਾਊਂਟ ਹੈ ਜਿਹੜਾ ਕਿ ਪ੍ਰੋਕਿਊਰਮੈਂਟ ਪੰਜਾਬ ਦੇ ਦੁਆਰਾ ਕੰਡਕਟ ਕੀਤਾ ਗਿਆ ਇੱਕ ਸਰਵੇ ਹੋਇਆ ਜਿਹਦੇ ਵਿੱਚ ਸਾਰੀਆਂ ਫਾਈਨਡਿੰਗ ਜਿਹੜੀਆਂ ਨੇ ਇਹ ਆਈਆਂ ਨੇ ਸਟੇਟ ਵਾਈਜ਼ ਸਭ ਤੋਂ ਜ਼ਿਆਦਾ ਪੈਡੀ ਪ੍ਰੋਕਿਊਰਮੈਂਟ ਜਿਹੜਾ ਹੈ ਉਹ ਕੀਤਾ ਗਿਆ ਪੰਜਾਬ ਦੇ ਦੁਆਰਾ ਤੇ ਦੂਜੇ ਨੰਬਰ ਤੇ ਹਰਿਆਣਾ ਦੇ ਦੁਆਰਾ ਤੇ ਪ੍ਰੋਕਿਊਰਮੈਂਟ ਕੀਤਾ ਕਿਹਦੇ ਦੁਆਰਾ ਜਾਂਦਾ ਹੈ ਜਾਂ ਫਿਰ ਇਹ ਰਿਪੋਰਟ ਕਿਹਦੇ ਦੁਆਰਾ ਰਿਲੀਜ਼ ਕੀਤੀ ਗਈ ਇਹ ਯੂਨੀਅਨ ਕੰਜ਼ਿਊਮਰ ਅਫੇਅਰ ਮਿਨਿਸਟਰੀ ਦੇ ਦੁਆਰਾ ਰਿਲੀਜ਼ ਕੀਤੀ ਗਈ ਅਗਲਾ ਕੁਐਸਚਨ ਪਿੰਕ ਬਾਲਵਾਰਮ ਅਟੈਕ ਦੇ ਉੱਤੇ ਹੈ ਕਿਹੜੀ ਕ੍ਰੌਪ ਤੇ ਗੁਲਾਬੀ ਕੀੜੇ ਜਿਹੜੇ ਨੇ ਉਹ ਹਮਲਾ ਕਰਦੇ ਨੇ ਇਹ ਤੁਸੀਂ ਦੱਸਣਾ ਹੈ ਆਨਸਰ ਹੈ ਕਾਟਨ ਦੀ ਕ੍ਰੌਪ ਤੇ ਹਮਲਾ ਕਰਦੇ ਨੇ ਤਲਵੰਡੀ ਸਾਬੋ ਚ ਦਮਦਮਾ ਸਾਹਿਬ ਵਿਖੇ ਲਾਗੇ ਜਿਹੜੇ ਪਿੰਡ ਨੇ ਉਥੇ ਪਿੰਕ ਬਾਲਵਮ ਦਾ ਜਿਹੜਾ اٹੈਕ ਹੈ ਉਹ ਦੇਖਣ ਨੂੰ ਮਿਲਿਆ ਧਿਆਨ ਤੁਸੀਂ ਹੋਰ ਵੀ ਚੀਜ਼ਾਂ ਰੱਖ ਸਕਦੇ ਹੋ ਕਿ ਜਿਹੜੀ ਰੂਰਲ ਬੈਲਟ ਹੁੰਦੀ ਹੈ ਯਾਨੀ ਕਿ ਪਿੰਡਾਂ ਦੀ ਜਿਹੜੀ ਬੈਲਟ ਹੁੰਦੀ ਹੈ ਉਹ ਇਸ ਪਿੰਕ ਬਾਲਵੌਮ ਦੇ ਅਟੈਕ ਨਾਲ ਬਹੁਤ ਜ਼ਿਆਦਾ ਇਫੈਕਟ ਹੁੰਦੀ ਹੈ ਕਿਉਂਕਿ ਉਹਨਾਂ ਦੀ ਫਸਲ ਇਹ ਖਰਾਬ ਕਰ ਦਿੰਦੇ ਨੇ ਤੁਸੀਂ ਇੱਥੇ ਫੋਟੋਗ੍ਰਾਫਸ 'ਚ ਦੇਖ ਸਕਦੇ ਹੋ ਇੰਡੀਆ ਇਕਲੌਤਾ بیਟੀ ਕਾਟਨ ਗਰੋਇੰਗ ਕੰਟਰੀ ਹੈ ਜਿੱਥੇ ਕਿ ਪਿੰਕ ਬਾਲਵੌਮ ਦੀ ਪ੍ਰੋਬਲਮ ਆ ਰਹੀ ਹੈ ਇਹ ਬਹੁਤ ਇੰਪੋਰਟੈਂਟ ਹੈ ਜਿੱਥੇ بیਟੀ ਕਾਟਨ ਗrow ਕੀਤਾ ਜਾਂਦਾ ਹੈ ਉੱਥੇ ਇਹ ਪ੍ਰੋਬਲਮ ਜਿਹੜੀ ਹੈ ਉਹ ਦੇਖਣ ਨੂੰ ਮਿਲਦੀ ਹੈ ਲੇਕਿਨ ਇੰਡੀਆ ਦੇ ਵਿੱਚ ਜ਼ਿਆਦਾ ਪੈਮਾਨੇ ਤੇ ਦੇਖਣ ਨੂੰ ਮਿਲ ਰਹੀ ਹੈ ਇਕਲੌਤਾ ਕੰਟਰੀ ਹੈ ਇੱਥੇ ਪ੍ਰੋ ਨੈਕਸਟ ਕੁਐਸਚਨ ਹੈ ਪੰਜਾਬ ਸਟੇਟ ਦੇ ਨਵੇਂ ਡੀਜੀਪੀ ਯਾਨੀ ਕਿ ਡਾਇਰੈਕਟਰ ਜਨਰਲ ਆਫ ਪੁਲਿਸ ਕੇਣਾ ਨੂੰ ਅਪਾਇੰਟ ਕੀਤਾ ਗਿਆ ਇੱਕ ਆਈਪੀਐਸ ਆਫੀਸਰ ਨੇ ਤੁਸੀਂ ਇਹਨਾਂ ਦਾ ਨਾਮ ਦੱਸਣਾ ਹੈ ਫੋਟੋਗ੍ਰਾਫ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਵਿਰੇਸ਼ ਕੁਮਾਰ ਭਾਵੜਾ ਜਿਹੜੇ ਨੇ ਉਹਨਾਂ ਨੂੰ ਨਵੇਂ ਸਟੇਟ ਦੇ ਡੀਜੀਪੀ ਚੁਣਿਆ ਗਿਆ 1986 ਬੈਚ ਦੇ ਆਈਪੀਐਸ ਆਫੀਸਰ ਨੇ ਠੀਕ ਹੈ ਇਸ ਦੇ ਨਾਲ ਹੀ ਲੈਕਚਰ ਖਤਮ ਹੁੰਦਾ ਹੈ ਜੇ ਤੁਹਾਡੇ ਕੋਈ ਕੁਇਰੀ ਹੈ ਤਾਂ ਤੁਸੀਂ ਇਹਨਾਂ ਕੰਟੈਕਟ ਨੰਬਰਸ ਤੇ ਕੰਟੈਕਟ ਕਰ ਸਕਦੇ ਹੋ ਪੜ੍ਹਦੇ ਰਹੋ ਆਲ ਦਾ ਬੈਸਟ ਥੈਂਕ ਯੂ ਵੈਰੀ ਮਚ